ਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਇੱਕ ਨਾ ਬਾਈ ਵਿੱਚ ਹਲੇ ਵੀ ਜਾਣੇ ਉਹ ਤਾਂ ਵੈਸੇ ਤਾਂ ਲੋਕ ਬਹੁਤ ਸਿਆਣੇ ਹੋਗੇ ਪਰ ਵਿੱਚ ਹਲੇ ਵੀ ਕਈ ਦਾਜ ਵਾਲੇ ਬੰਦੇ ਹੈਗੇ ਆ ਵਿੱਚ ਵਿੱਚ ਬਿਰਲੇ ਵਰਲੇ ਜਾਣੇ ਵੀ ਜਦੋਂ ਤਾਂ ਬਾਈ ਮਸ਼ੀਨ ਵਾਲਿਆਂ ਤੋਂ ਕੋਈ ਫਸਲ ਬੜਾਉਣੀ ਹੁੰਦੀ ਆ ਉਹ ਤਾਂ ਮੇਰੇ ਪੌਦੇ ਦੇ ਕਿੱਲੇ ਸੂੰਗੜ ਜਾਂਦੇ ਆ ਤੇ ਜਦੋਂ ਬਾਈ ਆਪਾਂ ਮੁੰਡਾ ਬਿਆਣਾ ਹੁੰਦਾ ਉਦੋਂ ਫਿਰ ਬਾਈ ਆਪਾਂ ਕਿੱਲਿਆਂ ਤੇ ਜਾਵੋ ਇਹਨੇ ਵੀ ਸਾਡੇ ਮੇਨੂੰ ਤਾਂ 10 ਕਿੱਲੇ ਹੁੰਦੇ ਆ ਸਾਡੇ ਮੇਨੂੰ ਤਾਂ 20 ਕਿੱਲੇ ਹੁੰਦੇ ਆ ਤੇ ਉਦੋਂ ਫਿਰ ਆਪਾਂ ਦਾਜ ਦੇ ਲੋਭੀ ਬਣ ਜਾਂਦੇ ਆ ਉਦੋਂ ਫਿਰ ਲੱਖ ਰੁਪਿਆ ਸਿੱਧਾ ਕਿੱਲੇ ਦਾ ਹੀ ਕਰ ਦਿੰਨੇ ਜਾਣੇ ਆਪਾਂ ਜੇ 10 ਕਿੱਲੇ ਦਾ 10 ਲੱਖ ਬਣ ਗਿਆ ਤੇ ਜੇ ਯਾਰ ਬਾਈ ਪ੍ਰਮਾਤਮਾ ਨੇ ਗਾ ਆਪਣੇ ਬੇਟੇ ਨੂੰ ਲਾ ਲਓ ਜੇ ਚਾਰ ਕੁੜੀਆਂ ਦੇ ਦਿੱਤੀਆਂ ਤੇ ਫੇਰ ਫੇਰ ਕੀ ਬਣੂਗਾ ਫੇਰ ਔਖਾ ਹੋ ਜਾਊਗਾ ਸੱਜਣੋ ਜਿਹੜਾ ਬਾਈ ਪ੍ਰਮਾਤਮਾ ਦਾ ਦਿੱਤਾ ਵਾਣਾ ਬਹੁਤ ਕੁਝ ਦਿੱਤਾ ਹੁੰਦਾ ਜਦੋਂ ਆਪਣਾ ਉਸ ਚੀਜ਼ ਨਾਲ ਨਹੀਂ ਢੱਡ ਭਰਦਾ ਤੇ ਫਿਰ ਬਈ ਬਗਾਨੇ ਹੱਥਾਂ ਕੰਨੀ ਚਾੱਕ ਕੇ ਵੀ ਨਹੀਂ ਭਰਨਾ ਸਜਣਾ ਪ੍ਰਮਾਤਮਾ ਤੋਂ ਮੰਗਿਆ ਕਰੋ ਜੋ ਬਈ ਦੇ ਕੇ ਨਹੀਂ ਪਸਤਾਉਂਦਾ ਭਗਵਾਨ ਇੱਕ ਐਸੀ ਚੀਜ਼ ਆ ਕਿ ਸਾਰੀ ਸ੍ਰਿਸ਼ਟੀ ਨੂੰ ਵੇਖੋ ਵੀ ਕੀੜਿਆਂ ਪਤੰਗਿਆਂ ਤੱਕ ਬਈ ਪਾਲਦਾ ਸਭ ਨੂੰ ਦਿੰਦਾ ਬਈ ਜੇ ਬੰਦਾ ਨੀਤ ਦਾ ਸਾਫ਼ ਹੋਵੇ ਜੇ ਬੰਦਾ ਨੀਤ ਦਾ ਹੀ ਬੇਈਮਾਨ ਹੋਇਆ ਫੇਰ ਨਹੀਂ ਗੱਲ ਜੀ ਬਣਦੀ ਤੇ ਪ੍ਰਮਾਤਮਾ ਦਿੰਦਾ ਬਈ ਪਰਮਾਤਮਾ ਤੋਂ ਮੰਗਿਆ ਕਰੋ ਤੇ ਜਿਹੜਾ ਬਈ ਦੇ ਕੇ ਵੀ ਨਹੀਂ ਪਸਤਾਉਂਦਾ ਹੁਣ ਆਪਾਂ ਆਮ ਹੀ ਗੱਲਾਂ ਜਾਣੇ ਵਰਦੁਬਾਰਾ ਸਾਹਿਬ 'ਚ ਆਪਾਂ ਜਾਣਦੇ ਆ ਕਿਤੇ ਪਰਮਾਤਮਾ ਨੇ ਆਪੋ ਤੋਂ ਬਾਜ ਮਾਰ ਕੇ ਪੈਸੇ ਮੰਗੇ ਵੀ ਮੈਨੂੰ 500 ਦਾ ਨੋਟ ਏਕ ਜੋ ਜਾ ਮੈਨੂੰ 100 ਦਾ ਟੇਕ ਜੋ ਜਿਹੜਾ ਬਈ ਸਾਰੀ ਦੁਨੀਆ ਨੂੰ ਪਾਲ ਸਕਦਾ ਨਾ ਉਹ ਨਹੀਂ ਕਿਸੇ ਤੋਂ ਕੁਝ ਮੰਗਦਾ ਉਹ ਤਾਂ ਦਿੰਦਾ ਹੀ ਆ ਪਰਮਾਤਮਾ ਦਾ ਨੀਤ ਸਾਫ਼ ਰੱਖ ਕੇ ਜਾਇਓ ਸਭ ਕੁਝ ਮਿਲੂਗਾ ਸਜਣੋ ਤੇ ਬਾਕੀ ਧੰਨਵਾਦ ਹੈ ਸਾਰੇ ਵੀਰਾਂ ਦਾ